ਤੇ ਹਿੰਦੀ ਦੇ ਵਿੱਚ ਕਿਹਨੂੰ ਸੁਣਦੇ ਹੁੰਦੇ ਸੀ ਜ਼ਿਆਦਾ? ਮੇਰੀ ਫੇਵਰਿਟ ਕੱਟ ਕਹੂੰਗੀ, ਮੇਰੇ ਆਈਡਲ ਕਹਿ ਸਕਦੀ ਹਾਂ ਮੈਂ ਉਹਨਾਂ ਨੂੰ, ਅਲਕਾ ਯਾਗਨਿਕ ਜੀ। ਕੀ ਬਾਤ! ਮੇਰੇ ਆਈਡਲ ਨੇ, ਔਰ ਇਦਾਂ ਦੇ ਆਈਡਲ ਨੇ ਕਿ ਮੈਂ ਰੀਸੈਂਟਲੀ ਉਹਨਾਂ ਨੂੰ ਇੱਕ ਮਾਰਕੀਟ ਦੇ ਵਿੱਚ ਮਿਲੇ, ਉੱਥੇ ਲੋਕਨਵਾਲਾ ਬੰਬੇ ਨਾ, ਤੇ ਜਾਂਦੇ ਮੈਨੂੰ ਮਿਲੇ ਤੇ ਮੈਂ ਨਾ ਉਹਨਾਂ ਨੂੰ ਦੇਖ ਕੇ ਨਾ, ਮੈਂ ਪਹਿਲਾਂ ਹੀ ਮਿਲੀ ਆ ਇੱਕ ਵਾਰ ਉਹਨਾਂ ਨੂੰ, ਬਟ ਉਸ ਦਿਨ ਮਿਲੀ ਤੇ ਮੈਨੂੰ ਨਾ ਇਦਾਂ ਲੱਗਿਆ ਮਤਲਬ ਕਿ ਮੈਂ ਚੋਂ ਗੱਲ ਹੀ ਨਹੀਂ ਨਿਕਲੀ, ਮੈਂ ਇਮੋਸ਼ਨ ਹੋ ਜਾਂਦੀ ਹੈ, ਇਮੋਸ਼ਨਲ ਹੋ ਜਾਂਦੀ ਉਹਨਾਂ ਨੂੰ ਦੇਖ ਕੇ, ਮਤਲਬ ਇੰਨਾ ਜ਼ਿਆਦਾ ਉਹਨਾਂ ਦੀ ਆਵਾਜ਼ ਦੇ ਨਾਲ ਮੈਨੂੰ ਪਿਆਰ ਹੈ। ਸੋ ਮੈਂ ਉਹਨਾਂ ਦੀ ਬਹੁਤ ਵੱਡੇ ਵਾਲੀ ਫੈਨ, ਤੇ ਮਤਲਬ ਉਹ ਮੇਰੇ ਐਡ ਮੈਂ ਸ਼ੁਰੂ ਤੋਂ ਉਹਨਾਂ ਨੂੰ ਸੁਣ ਸੁਣ ਕੇ ਸਿੱਖਿਆ। ਕੀ ਬਾਤ! ਤੇ ਉਹਨਾਂ ਦਾ ਫਿਰ ਕੋਈ ਹੋ ਜੇ ਗਾਣਾ, ਕੋਈ ਦੋ ਲਾਈਨਾਂ? ਕਰੈਕਟ, ਉਹਨਾਂ ਦੇ ਗਾਣੇ ਤੇ ਬਹੁਤ ਸਾਰੇ ਮੇਰੇ ਫੇਵਰਿਟ ਨੇ, ਬਟ ਇੱਕ ਗਾਣਾ ਉਹ ਸਾਰਿਆਂ ਨੇ ਸੁਣਿਆ ਹੋਗਿਆ, ਇਸ ਕਰਕੇ ਸੁਣਾਉਂਦੀ ਹਾਂ। ਤੁਮ ਆਏ ਤੋ ਆਇਆ ਮੁਝੇ ਆਜ ਗਲੀ ਮੇ ਆ ਚਾਂ ਨਿਕਲਾ, ਜਾਣੇ ਕਿਤਨੇ ਦਿਨੋਂ ਕੇ ਬਾਅਦ ਗਲੀ ਮੇ ਆ ਚਾਂ ਨਿਕਲਾ, ਜਾਣੇ ਕਿਤਨੇ ਦਿਨੋਂ ਕੇ ਬਾਅਦ ਗਲੀ ਮੇ ਆ ਚਾਂ ਨਿਕਲਾ, ਗਲੀ ਮੇ ਆ ਚਾਂ ਨਿਕਲਾ, ਗਲੀ ਮੇ ਆ ਚਾਂ ਨਿਕਲਾ, ਤੁਮ ਆਏ ਤੋ ਆਇਆ ਮੁਝੇ ਯਾਦ ਗਲੀ ਮੇ ਆ ਚਾਂ ਨਿਕਲਾ। ਕਿਆ ਬਾਤ ਆ ਜੀ! ਹਿੰਦੀ, ਪੰਜਾਬੀ, ਡੋਗਰੀ, ਹਰ ਚੀਜ਼ 'ਚ ਤੁਸੀਂ ਤਾਂ ਵੱਟ ਕੱਢੀ ਜਾਂਦੇ ਹੋ ਪੰਜਾਬੀ 'ਚ ਕਹਿਣਾ। ਅੱਛਾ, ਤੇ ਤਾਂ ਮੇਰੇ ਦਿਮਾਗ 'ਚ ਤਾਂ ਹੈ ਨਹੀਂ ਸੀ ਵੈਸੇ। ਨਹੀਂ ਨਹੀਂ ਨਹੀਂ, ਇੰਗਲਿਸ਼ ਗਾਣੇ ਦੇ ਨਾਲ ਮੇਰੀ ਬਿਲਕੁਲ ਨਹੀਂ ਬਣਦੀ, ਤੇ ਇੰਗਲਿਸ਼ ਨਾਲ ਵੈਸੇ ਨਹੀਂ ਬਣਦੀ।